ਕਿੰਨੇ ਨੰਬਰ ਕਾਊਂਟਰ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਜੀ ਲੁਧਿਆਣੇ ਬੱਸ ਸਟੈਂਡ ਤੇ ਜੀ, ਹਾਕਾਂ ਪੈ ਰਹੀਆਂ, ਸੁਣਦੇ ਹੋ ਤੁਸੀਂ, ਤੇ 35 ਨੰਬਰ ਕਾਊਂਟਰ ਤੇ ਆ ਅਸੀਂ। ਮਾਤਾ ਜੀ ਨਮਸਤੇ, ਸਤਿ ਸ੍ਰੀ ਅਕਾਲ, ਔਰ ਠੀਕ ਹੋ ਭਾਈ? ਹਮ ਤੁਹਾਰੇ ਭਾਈ। ਬਾਤ ਸੁਣੀਏ ਮਾਤਾ ਜੀ, ਮਾਤਾ ਜੀ ਬਾਤ ਸੁਣੀਏ, ਬਾਤ ਸੁਣੀਏ ਮਾਤਾ ਜੀ, ਬਾਤ ਤੋਂ ਸੁਣੀਏ। ਹਮ ਕੀ ਮਦਦ ਕੇ ਲਈ ਆਏ ਹੈ, ਹਮ ਆਪਕੀ ਮਦਦ ਕੇ ਲਈ ਆਏ ਹੈਂ, ਹਮ ਆਪਕੋ ਗਾਉਂ ਭੇਜਨੇ ਕੇ ਲਈ ਆਏ ਹੈਂ। ਆਪ ਘਰ ਜਾਣਾ ਹੈ ਨਾ, ਘਰ ਜਾਣਾ ਆਪਣੇ, ਆਪਣੇ ਘਰ ਜਾਣਾ ਹੈ ਨਾ ਆਪਣੇ, ਹਮ ਆਪਕੋ ਘਰ ਭੇਜਨੇ ਕੇ ਲਈ ਆਏ ਹੈਂ, ਹਮ ਆਪਕੇ ਘਰ ਭੇਜਨੇ ਕੇ ਲਈ ਆਏ, ਹਮ ਗਲਤ ਨਹੀਂ ਹੈ, ਹਮ ਗਲਤ ਨਹੀਂ ਹੈ, ਹਮ ਤੁਹਾਰੇ ਬੇਟੇ ਜੈਸੇ ਹੈ ਮਾਈ, ਗਲਤ ਨਹੀਂ ਹੈ, ਹਮ ਕਹਾਂ ਜਾਣਾ ਹੈ ਤੁਨੇ ਬਤਾਓ, ਬਾਤ ਤੋਂ ਸੁਣੋ, ਰੁਕ ਕੇ ਬਾਤ ਤੋਂ ਸੁਣੋ, ਇੱਕ ਮਿੰਟ ਬਾਤ ਤੋਂ ਸੁਣੋ, ਇੱਕ ਮਿੰਟ ਬਾਤ ਸੁਣੋ, ਰੁਕ, ਕਹਾਂ ਜਾਣਾ ਹੈ, ਕਹਾਂ ਜਾਣਾ ਹੈ ਬੋਲੋ, ਘਰ ਜਾਣਾ ਹੈ ਨਾ, ਘਰ ਜਾਣਾ ਹੈ ਨਾ ਮਾਈ, ਘਰ ਜਾਣਾ ਹੈ। ਨਾਮ ਕਿਆ ਹੈ ਤੁਹਾਰਾ, ਕਿਆ ਨਾਮ ਹੈ ਮਾਤਾ ਜੀ, ਨਾਮ ਕਿਆ ਹੈ, ਨਾਮ ਤੋਂ ਬਤਾਓ, ਕਿਆ ਨਾਮ ਹੈ, ਹੈਮਾ ਨਾਮ ਕਿਆ ਹੈ? ਘਰ ਜਾਣੇ ਕੇ ਲਈ ਥੋੜਾ ਪੈਸਾ ਚਾਹੀਏ ਹੋਗਾ, ਜੇ ਪੈਸਾ ਲੈ ਲਓ, ਰੱਖ ਲਓ ਪੈਸਾ, ਲੈ ਲਓ, ਲੈ ਲਓ, ਲੈ ਲਓ, ਭਾੜਾ ਤਾਂ ਚਾਹੀਏ ਨਾ, ਭਾੜਾ ਲੈ ਲਓ, ਪਕੜ ਲਓ, ਪਕੜ ਲਓ, ਲੈ ਲਓ, ਪਕੜ ਲਓ, ਪਕੜ ਲਓ, ਪਕੜ ਲਓ, ਨੀਚੇ ਰੱਖ ਦੋ, ਨਹੀਂ ਮਾਇਆ ਨੀਚੇ ਨਹੀਂ ਫੈਂਕਦੇ, ਲਕਸ਼ਮੀ ਹੈ, ਨੀਚੇ ਨਹੀਂ ਫੈਂਕਦੇ, ਪਕੜ ਲਓ ਆਪ, ਜੇ ਪਕੜੋ, ਪਕੜ ਲਓ, ਪਕੜ ਲਓ, ਲਕਸ਼ਮੀ ਹੈ, ਆਪਣੇ ਹੱਥ ਸੇ ਪਕੜੋ, ਲਕਸ਼ਮੀ ਕੋ ਐਸੇ ਨਹੀਂ ਫੈਂਕਦੇ, ਪਕੜੋ, 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 ਨਹੀਂ ਨਹੀਂ ਆਪ ਲੈ ਲਓ, ਟਿਕਟ ਲਓਗੇ ਨਾ, ਟਿਕਟ ਲੈ ਲਓ, ਡਰੀ ਹੋਈ ਇਸਮੇ ਡਾਲ ਦੇ, ਬੋਰੇ ਮੇ ਡਾਲ ਦੇ, ਨਾ ਬੋਰੇ ਮੇ ਡਾਲ ਦੇ, ਨਹੀਂ ਬੋਰੇ ਮੇ ਡਾਲ ਦਿੱਤੇ ਨਾ ਪੈਸਾ, ਬੋਰੇ ਮੇ ਪੈਸਾ ਡਾਲ ਦਿੱਤੇ, ਇਹ ਮਾਤਾ ਜੀ ਦੇ ਨਾਲ ਦੁਰਾਚਾਰ ਹੋਇਆ ਹੋਇਆ, ਜਿਹੜੀ ਵੀਰਾਂ ਨੇ ਦੱਸੀ ਗੱਲ, ਇਹ ਮਾਤਾ ਪਹਿਲਾਂ ਗੈਲ ਰੋਡ ਤੇ GNE ਕਾਲਜ ਦੇ ਸਾਹਮਣੇ ਜਿਹੜਾ ਪੈਟਰੋਲ ਪੰਪ ਆ ਉੱਥੇ ਬੈਠੇ ਸੀ। ਸਾਨੂੰ ਜਿਹੜੀ ਵੀਡੀਓ ਭੇਜੀ ਗਈ ਉਹਦੇ ਵਿੱਚ ਵੀਰੇ ਹੋਣਾਂ ਨੇ ਸਾਨੂੰ ਦੱਸਿਆ ਵੀ ਇਹ ਮਾਤਾ ਉੱਥੇ ਬੈਠੀ ਆ ਲਵਾਰਸਾਂ ਦੇ ਵਾਂਗ, ਕੁਛ ਦੱਸ ਨਹੀਂ ਰਹੀ, ਮੈਂਟਲੀ ਠੀਕ ਨਹੀਂ, ਵੀ ਤੁਸੀਂ ਆਓ ਲੈ ਕੇ ਜਾਓ। ਅਸੀਂ ਚੰਡੀਗੜ੍ਹ ਸੀਗੇ, ਅਸੀਂ ਵੀਰੇ ਨੂੰ ਕਿਹਾ ਵੀ ਅਸੀਂ ਚੰਡੀਗੜ੍ਹੋਂ ਆਉਂਦੇ ਹੋਏ ਰੁਕ ਜਾਗੇ ਵੀਰੇ, ਵੀ ਤੂੰ ਇੱਥੇ ਬਿਠਾ ਲਾ, ਤੇ ਜਦੋਂ ਅਸੀਂ ਨੇੜੇ ਆ ਕੇ ਕਾਲ ਕੀਤੀ ਤਾਂ ਵੀਰੇ ਨੇ ਦੱਸਿਆ ਵੀ ਉਹ ਤਾਂ ਪੰਪ ਵਾਲਿਆਂ ਨੇ ਬੱਸ ਚੜਾਤਾ ਉਹਨੂੰ, ਵੀ ਸਾਡੇ ਇੱਥੇ ਬੈਠੀ ਹੈ, ਸਾਡੇ ਤੇ ਕੋਈ ਬਲੇਮ ਨਾ ਆ ਜੇ, ਵੀ ਹੁਣ ਉਹ ਲੁਧਿਆਣੇ ਬੱਸ ਅੱਡੇ ਤੇ ਆ ਗਈ ਆ, ਉੱਥੋਂ ਉਹਨਾਂ ਨੇ ਬੱਸ ਚੜਾਤਾ ਪੰਪ ਵਾਲਿਆਂ ਨੇ, ਹੁਣ ਇੱਥੇ ਪਹੁੰਚੀ ਹੈ ਮਾਤਾ। ਧੰਨਵਾਦ, ਧੰਨਵਾਦ ਜੀ, ਜੀ ਧੰਨਵਾਦ। ਜਿੱਥੇ ਗਰੀਬ ਬੰਦੇ ਆ ਨਾ ਉਹਦਾ ਉਹ ਹੈ।
ਨਹੀਂ ਆਪਕਾ ਗਾਉ ਕਾ ਹੈ ਗਾਉ ਕਾ ਆਂਟੀ ਵੋ ਐਨਜੀਓ ਚਲੇ ਮੈਂ ਫੇਸਬੁੱਕ ਤੇ ਹਮੇਸ਼ਾ ਅਭੀ ਬਤਾ ਰਹੇ ਥੇ ਨਾ ਆਪ ਗਾਉ ਕਾ ਹੈ ਥੈਂਕ ਯੂ ਬੇਨ ਅਰੇ ਮੇਰੇ ਮਿਲ ਕੋ ਨਾ ਬਤਾਓ ਮੇਰੇ ਕੋ ਜਾਓ ਕਾ ਕਹਾ ਹੈ ਇਹ ਤੁਹਾਡੀ ਲੜਕੀ ਜੈਸੀ ਨਹੀਂ ਹੈ ਇਹ ਗਾਉ ਕਾ ਛਪਰਾ ਨਹੀਂ ਨਹੀਂ ਤੁਹਾਡੀ ਲੜਕੀ ਜੈਸੀ ਹੈ ਨਾ ਇਹ ਬਤਾਓ ਆਂਟੀ ਕਹਾ ਹੈ ਗਾਉ ਤੁਹਾਰਾ ਆਹ ਵੀਡੀਓ ਜਿਹੜੀ ਵੀਡੀਓ ਉਹਨਾਂ ਨੇ ਭੇਜੀ ਸੀ ਨਹੀਂ ਬੋਲਣਾ ਹੈ ਮੈਂ ਜਾਊਂ ਇਹ ਉੱਥੋਂ ਦੀਆਂ ਵੀਡੀਓ ਆ ਜਿਹੜੀਆਂ ਜਦੋਂ ਪੈਟਰੋਲ ਪੰਪ ਤੇ ਬੈਠੇ ਸੀ ਜੁਆ ਪੜੀ ਸਰਵੇ ਨਹੀਂ ਤੇ ਜਿਹੜੀਆਂ ਗੱਲਾਂ ਵੀਰੇ ਉਹਨਾਂ ਨੇ ਦੱਸੀਆਂ ਮਾਤਾ ਜੀ ਨੇ ਉੱਥੇ ਸ਼ੇਅਰ ਕੀਤੀਆਂ ਉਹ ਬੜੀਆਂ ਦਰਦਨਾਕ ਸੀ ਮਾਤਾ ਇਸ ਟਾਈਮ ਇੰਨਾ ਡਰ ਰਹੀ ਆ ਕਿਸੇ ਤੋਂ ਹੱਥ ਦਾ ਟੱਚ ਵੀ ਨਹੀਂ ਕਰਾ ਰਹੀ ਯਾਨੀ ਕਿ ਜੇ ਕੋਈ ਫੀਮੇਲ ਵੀ ਉਹਨੂੰ ਹੱਥ ਲਾਉਂਦੀ ਹੈ ਤਾਂ ਵੀ ਉਹ ਡਰਦੀ ਆ ਕਿਉਂ ਕਿਉਂਕਿ ਇਸ ਮਾਤਾ ਦੇ ਨਾਲ ਉਹਨਾਂ ਦਰਿੰਦਿਆਂ ਨੇ ਪਤਾ ਨੀ ਕਿੰਨਾ ਕੁ ਦੁਰਾਚਾਰ ਕੀਤਾ ਹੋਊ ਕਿੰਨੇ ਦਿਨਾਂ ਤੋਂ ਇਹ ਵਿਚਾਰੀ ਸੜਕ ਤੇ ਆ ਚਾਰ ਦਿਨ ਪਹਿਲਾਂ ਗੁੰਮੀ ਆ ਦੋ ਦਿਨ ਪਹਿਲਾਂ ਘਰੋਂ ਨਿਕਲੀ ਆ ਇੱਕ ਦਿਨ ਪਹਿਲਾਂ ਨਿਕਲੀ ਆ ਰੱਬ ਜਾਣਦਾ ਜਾਂ ਇਹ ਜਾਣਦੀ ਆ ਪਰ ਇੰਨੀ ਕੁ ਅਪਸੈਟ ਆ ਕੁਛ ਨੀ ਦੱਸ ਰਹੀ ਮੱਥੇ ਤੇ ਟਿੱਕਾ ਲੱਗਿਆ ਬਾਲ ਸਾੜੀ ਲੀੜਾ ਕੱਪੜਾ ਪਤਾ ਲੱਗਦਾ ਵੀ ਇਹ ਘਰੇਲੂ ਔਰਤ ਆ ਇਹ ਘਰ ਦੇ ਵਿੱਚੋਂ ਕਿਸੇ ਤੋਂ ਕਿਉਂਕਿ ਠੀਕ ਨੀ ਡਿਪਰੈਸ਼ਨ ਚ ਆ ਕਿਸੇ ਲੱਗਦਾ ਵੀ ਵਿਛੜ ਗਈ ਜਾਂ ਘਰੋਂ ਨਿਕਲ ਗਈ ਕਿਸੇ ਪਾਸੇ ਜਿੱਧਰ ਨੂੰ ਮੂੰਹ ਹੋ ਗਿਆ ਉਧਰ ਨੂੰ ਤੁਰ ਪਈ ਜਾਂ ਇਹ ਟ੍ਰੇਨ ਤੇ ਜਾ ਰਹੀ ਸੀ ਕਿਸੇ ਪਾਸੇ ਉੱਥੋਂ ਨਾਲਦਿਆਂ ਤੋਂ ਵਿਛੜ ਗਈ ਆਪਣਿਆਂ ਤੋਂ ਪਰ ਇਸ ਮਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਮੇਰਾ ਢਿੱਡ ਬਹੁਤ ਦੁਖਦਾ ਵਾ ਮੇਰੇ ਦਰਦ ਹੋ ਰਿਹਾ ਮੈਨੂੰ ਬਹੁਤ ਜ਼ਿਆਦਾ ਕੱਲ ਕਿਸੇ ਨੇ ਜ਼ਬਰਦਸਤੀ ਕੀਤੀ ਇਹ ਗੱਲਾਂ ਇਹ ਮਾਂ ਅੱਜ ਦਿਨੇ ਪੈਟਰੋਲ ਪੰਪ ਤੇ ਜਦੋਂ ਬੈਠੀ ਸੀ ਉਹਨਾਂ ਦੇ ਕੋਲੇ ਕੀਤੀਆਂ ਵੀਰੇ ਕਿੰਨਾ ਨੇ ਫੋਨ ਕੀਤਾ ਜੀ ਸਾਨੂੰ ਤੁਸੀਂ ਕਿਤੇ ਵੀ ਤੁਹਾਡਾ ਕੀ ਨਾਮ ਮੈਨੂੰ ਬਿਆੰਤ ਜਿਹੜੇ ਨੇ ਪਹਿਲੇ ਸਭ ਤੋਂ ਪਹਿਲੇ ਦੇਖੀ ਸੀ ਉਹਨਾਂ ਨੇ ਮੇਰਾ ਫਰੈਂਡ ਹੈਗਾ ਗੋਲਡੀ ਫਿਰ ਇਹਨੇ ਮੈਨੂੰ ਕਾਲ ਕੀਤੀ ਜੀ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਰਾਬਤਾ ਤੇ ਕੀਤਾ ਜੀ ਰਾਤ ਠੀਕ ਆ ਧੰਨਵਾਦ ਹਾਂਜੀ ਰਾਤ ਦੇ ਦੁਪਹਿਰ ਦੀ ਉੱਥੇ ਵੇਖ ਤੁਹਾਡਾ ਵੀਡੀਓ ਘਰ ਜਾਏਗਾ ਤੇਰੇ ਘਰ ਬੋਲੋ ਕਿਆ ਨਾਮ ਹੈ ਘਰ ਗਾਉ ਕਾ ਨਾਮ ਕਿਆ ਹੈ ਤੁਹਾਰੇ ਗਾਉ ਕਾ ਨਾਮ ਕਿਆ ਹੈ ਗਾਉ ਕਾ ਨਾਮ ਕਿਆ ਹੈ ਮਾਈ ਜੇ ਤੁਹਾਡਾ ਫੋਟੋ ਖਿੱਚਦੇ ਹੈ ਨਾ ਘਰ ਜਾਏਗਾ ਤੁਹਾਰੇ ਫੋਟੋ ਹੇ ਤੁਹਾਡਾ ਨਾਮ ਕਿਆ ਹੈ ਨਾਮ ਤੋਂ ਬਤਾਓ ਨਾਮ ਕਿਆ ਹੈ ਤੁਹਾਰਾ ਹੈ ਨਹੀਂ ਤੁਹਾਰਾ ਨਾਮ ਤੋਂ ਹੋਗਾ ਨਾ ਕੁਛ ਤੁਹਾਰਾ ਨਾਮ ਕਿਆ ਹੈ ਤੁਹਾਰੇ ਪਤੀ ਕਾ ਨਾਮ ਕਿਆ ਹੈ ਪਤੀ ਕਾ ਨਾਮ ਤੁਹਾਰੇ ਗਾਉਂ ਕਾ ਨਾਮ ਕਿਆ ਹੈ ਗਾਉਂ ਕਾ ਗਾਉਂ ਜਾਣਾ ਹੈ ਨਾ ਗਾਉਂ ਨਹੀਂ ਜਾਣਾ ਚਲੋ ਹਮ ਲੈ ਕੇ ਚਲਤੇ ਤੇਰੇ ਕੋ ਗਾਉਂ ਜੋਤ ਲੱਗੋ ਨਾਲ ਗੱਡੀ ਚ ਬਿਠਾਈ ਬਿਠਾਓ ਆਪਾਂ ਗੱਡੀ ਅਮਨ ਲੈ ਕੇ ਚਲੋ ਓਟੋ ਮਾਈ 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 ਓਟੋ ਚਲੇ ਗਾੜੀ ਮੈਂ ਚੱਲ ਚਲੋ ਮਾਈ ਅਰੇ ਚਲੇ ਮਾਈ ਫੜੋ ਗੱਟ ਫੜੋ ਅਮਨ ਫੜੋ ਗੱਟ ਆਜੇ ਮਾਂ ਓਏ ਆ ਜਾ ਓਏ ਆ ਜਾ ਮਾਂ ਓਏ ਆ ਜਾ ਮੇਰੀ ਮਾਂ ਓਏ ਮਾਂ ਮੇਰੀ ਆ ਜਾ ਮੇਰੀ ਮਾਂ ਨਹੀਂ ਹੈ ਮੇਰੀ ਮਾਂ ਨਹੀਂ ਹੈ ਤੂੰ ਚੱਪਲ ਪਹਿਨ ਲੈ ਚੱਪਲ ਉਠਾ ਲੈ ਵੀ ਚੱਪਲ ਉਠਾ ਲੋ ਦੀ ਚੱਪਲ ਉਠਾ ਲੋ ਓ ਮੇਰੀ ਮਾਂ ਗੁੱਸਾ ਕਾਹੇ ਕਰਤੀ ਹੈ ਮਾਂ ਤੂੰ ਮੇਰੀ ਮਾਂ ਨਹੀਂ ਹੈ ਅਰੇ ਤੂੰ ਮੇਰੀ ਮਾਂ ਨਹੀਂ ਹੈ ਅਰੇ ਆ ਜਾ ਮਾਂ ਓਏ ਆ ਜਾ ਮਾਂ ਤੇਰੇ ਕੋ ਗਾਉ ਛੋੜ ਕੇ ਆਏਗੇ ਤੇਰੇ ਗਾਉ ਕੋ ਛੋੜ ਚੱਪਲ ਹੈ ਹਮਾਰੇ ਪਾਸ ਉਹ ਦੇਖੋ ਚੱਪਲ ਅਰੇ ਮਾਈ ਆ ਅਰੇ ਮਾਂ ਨਹੀਂ ਮੇਰੀ ਮਾਂ ਨਹੀਂ ਹੈ ਤੂੰ ਮੇਰੀ ਮਾਂ ਨਹੀਂ ਹੈ
ਜੇ ਦੇਖੋ ਗਾੜੀ ਆ ਗਈ, ਗਾੜੀ ਆ ਗਈ ਜੇ ਗਾੜੀ ਤੁਹਾਰੀ ਗਈ ਗਾਉਂ ਜਾਵੇ ਗਾੜੀ ਗਾਉਂ ਜਾਵੇ ਮਾਂ ਗਾਉਂ ਤੁਹਾਰਾ ਗਾਉਂ ਕਹਾਂ ਹੈ ਤੁਹਾਰਾ ਗਾਉਂ ਕਹਾਂ ਪੇ ਹੈ ਕਿਆ ਨਾਮ ਹੈ ਗਾਉਂ ਕਾ ਗਾਉਂ ਕਾ ਨਾਮ ਕਿਆ ਹੈ ਤੁਹਾਰਾ ਨਾਮ ਕਿਆ ਹੈ ਮਾਈ ਤੁਹਾਰਾ ਨਾਮ ਕਿਆ ਹੈ ਅਰੇ ਮਾਂ ਹੈ ਤੂੰ ਮੇਰੀ ਮੈਂ ਪੁੱਛ ਨਹੀਂ ਸਕਤਾ ਮੈਂ ਤੇਰੇ ਬੇਟੇ ਜੈਸਾ ਹੂੰ ਮੈਂ ਪੁੱਛ ਨਹੀਂ ਸਕਤਾ ਚਲੋ ਦੂਰ ਸਕੇ ਬਸ ਦੂਜੀ ਬੋਤਲ ਠੀਕ ਹੈ ਮਾਂ ਗਾੜੀ ਮੈਂ ਬੈਠ ਜਾ ਮਾਂ ਨਾਮ ਕਿਆ ਹੈ ਅਰੇ ਮਾਂ ਨਾਮ ਤੋਂ ਬਤਾ ਦੋ ਆਪਣਾ ਹੈ ਰੰਜੂ ਰੰਜੂ ਮਾਤਾ ਹੈ ਤੁਹਾਰੀ ਬੇਟੀ ਵੀ ਹੈ ਨਾ ਇੱਕ ਤੁਹਾਡੇ ਪਤੀ ਨੇ ਤੇਰੇ ਕੋ ਕਿਆ ਬੋਲਾ ਥਾ ਜਬ ਘਰ ਸੇ ਆਏ ਸੀ ਤੂੰ ਪਤੀ ਨੇ ਕਿਆ ਬੋਲਾ ਥਾ ਤੁਹਾਡਾ ਦੀਦੀ ਹੈ ਕੋਈ ਬਹਿਨ ਬਹਿਨੀਆ ਹੈ ਤੁਹਾਡੀ ਕੋਈ ਬਹਿਨ ਹੈ ਚੱਪਲ ਦੇ ਦੀ ਆ ਰਹੇ ਪਈ ਚੱਪਲ ਮਾਂ ਉਹ ਚੱਪਲ ਦੇ ਰਿਹਾ ਚੱਕ ਆਲਾ ਚੱਪਲ ਲੈ ਲੈ ਮਾਂ ਇਹ ਚੱਪਲ ਲੈ ਲੈ ਚਲੋ ਬੈਠੋ ਗਾੜੀ ਮੈਂ ਗਾੜੀ ਮੈਂ ਬੈਠੋ ਮਾਂ ਅਰੇ ਗਾੜੀ ਮੈਂ ਬੈਠੋ ਮਾਂ ਬਿਠਾਇਓ ਗੱਡੀ ਪਿੱਛੇ ਰਹੋ ਜਿੱਦਾਂ ਤੁਸੀਂ ਦੇਖ ਰਹੇ ਹੋ ਮਾਤਾ ਜੀ ਅਪਸੈਟ ਨੇ ਬਹੁਤ ਜ਼ਿਆਦਾ ਕੁਛ ਵੀ ਦੱਸ ਨਹੀਂ ਪਾ ਰਹੇ ਆਪਣੇ ਬਾਰੇ ਹੱਥ ਨਹੀਂ ਲਾਉਣ ਦੇ ਰਹੇ ਗੱਲ ਨਹੀਂ ਮੰਨ ਰਹੇ ਪਰ ਤੁਸੀਂ ਚਿਹਰਾ ਦੇਖਿਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਮਾਂ ਦਾ ਘਰ ਲੱਭ ਜਾਵੇ ਇਹਨਾਂ ਵੀਰਾਂ ਦਾ ਕੀਤਾ ਹੋਇਆ ਉਪਰਾਲਾ ਪੀਸੀਆਰ ਵਾਲੇ ਬੁਲਾਏ ਸੀਗੇ ਜੀ ਪੀਸੀਆਰ ਵਾਲੇ ਨੇ ਸਾਡੀ ਬਹੁਤ ਵਧੀਆ ਮਦਦ ਸੁਣੀ ਆ ਉਦੋਂ ਬਾਅਦ ਮਰਾਡੋ ਚੌਂਕੀ ਇੰਚਾਰਜ ਨੇ ਕੋਈ ਪੁਲਿਸ ਵਾਲਾ ਭੇਜਦਾ ਦਾਰੂ ਪੀਤੀ ਹੋਈ ਸੀ ਉਹਨੇ ਸਾਡਾ ਵੀ ਹੌਸਲਾ ਤੋੜਤਾ ਕਹਿੰਦਾ ਨਹੀਂ ਨਹੀਂ ਧੱਕਾ ਨੀ ਕਰ ਸਕਦੇ ਆਪਾਂ ਲੈ ਜਾਣੀ ਨੀ ਅਸੀਂ ਕਿਹਾ ਵੀ ਚਲੋ ਰਾਤ ਨੂੰ 9:30 ਵਜੇ ਧੱਕੇ ਨਾਲ ਆਪਾਂ ਲੈ ਚੱਲਦੇ ਆ ਕੋਈ ਗੱਲ ਨੀ ਤੁਹਾਡੇ ਉੱਥੇ ਹਸਨਪੁਰ ਜੀ ਪਰ ਉਹਨੇ ਸਾਡਾ ਵੀ ਹੌਸਲਾ ਤੋੜਤਾ ਨਹੀਂ ਨਹੀਂ ਆਹ ਹੋਜੂ ਪਰ ਬਾਈ ਰਹਿਣ ਦੇ ਬਾਈ ਨੂੰ ਇਧਰ ਰੱਖ ਲਓ ਸਾਡਾ ਵੀ ਉਹਨੇ ਹੌਸਲਾ ਤੋੜਤਾ ਦੇਖੋ ਇਹਨਾਂ ਵੀਰਾਂ ਨੇ ਆਪਣੀ ਡਿਊਟੀ ਨਿਭਾਈ ਆ ਇੱਕ ਆਮ ਇਨਸਾਨ ਇੱਕ ਆਪਣੀ ਕਿਰਤ ਕਮਾਈ ਕਰਨ ਵਾਲੇ ਬੰਦੇ ਨੇ ਪਰ ਜਿੱਦਾਂ ਦੀ ਡਿਊਟੀ ਲੱਗੀ ਹੋਈ ਆ ਮੈਂ ਇੱਥੇ ਬੇਨਤੀ ਕਰਦਾ ਸਾਡੇ ਕਮਿਸ਼ਨਰ ਸਾਹਿਬ ਨੂੰ ਸਾਡੇ ਲੁਧਿਆਣੇ ਦੇ ਡੀ ਸੀ ਸਾਹਿਬ ਨੂੰ ਵੀ ਪਲੀਜ਼ ਪੁਲਿਸ ਨੂੰ ਇਹੋ ਜਿਹੀਆਂ ਗੱਲਾਂ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਵੀ ਤਾਕੀਦ ਕਰੋ ਵੀ ਜੇ ਕੋਈ ਵਕਤ ਦਾ ਮਾਰਿਆ ਹੁਣ ਜਿਵੇਂ ਉਹ ਰਾਤ ਉਸ ਮਾਂ ਨੇ ਗੱਲ ਕੀਤੀ ਹੈ ਵੀਰਾਂ ਨੂੰ ਦੱਸਿਆ ਵੀ ਮੇਰੇ ਪੇਟ 'ਚ ਦਰਦ ਹੁੰਦਾ ਮੇਰੀ ਵਾਸ਼ਰੂਮ ਵਾਲੀ ਜਗ੍ਹਾ 'ਚ ਪੇਨ ਹੋ ਰਹੀ ਆ ਮੇਰੇ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਆ ਉਹ ਮਾਂ ਦੀ ਇੱਜ਼ਤ ਸ਼ਾਇਦ ਵੱਜ ਜਾਂਦੀ ਜੇ ਉਹਦੇ 'ਤੇ ਉਹ ਕਾਨੂੰਨ ਦੇ ਰਾਖੇ ਆਪਣੀ ਜ਼ਿੰਮੇਵਾਰੀ ਨਿਭਾ ਲੈਂਦੇ ਹੁਣ ਉਹ ਕੌਣ ਸੀ ਕਿਹਨੇ ਕਿਵੇਂ ਕਿੱਥੇ ਕੀ ਹੋਇਆ ਇਹ ਕੁਛ ਨਹੀਂ ਪਤਾ ਵਿਚਾਰੀ ਨੂੰ ਉਹ ਤਾਂ ਮੈਂਟਲੀ ਅਪਸੈਟ ਆ ਤੇ ਉੱਪਰ ਦੀ ਇੱਕ
ਜਿਹੜਾ ਪੰਜਾਬ ਪੁਲਿਸ ਦੀ ਡਿਊਟੀ ਬਣਦੀ ਸੀ ਵੀ ਉਹਨੂੰ ਚੱਕ ਕੇ ਉੱਥੋਂ ਨਾਰੀ ਨਿਕੇਤਨ ਪਹੁੰਚਦਾ ਕਰਨਾ ਜਾਂ SDM ਸਾਹਿਬ ਦੀ ਕੋਰਟ ਚ ਪੇਸ਼ ਕਰਨਾ, ਉਹ ਕਹਿ ਰਿਹਾ ਵੀ ਕੋਈ ਗੱਲ ਨੀ ਛੱਡੋ, ਇੱਥੇ ਆਪੇ ਟਰੱਕ ਵਾਲਾ ਲੈ ਜੂ, ਕੋਈ ਵੀ ਤਾਂ ਕੋਈ ਟਰੱਕ ਵਾਲਾ ਹੀ ਛੱਡ ਗਿਆ ਉਹ। ਮਤਲਬ ਹਰ ਬੰਦੇ ਨੂੰ ਇੱਕੋ ਅੱਖ ਨਾ ਦੇਖਿਆ ਜਾਵੇ। ਜੇ ਕੋਈ ਇਸ ਤਰ੍ਹਾਂ ਦੇ ਕੇਸ ਕਿਤੇ ਹੋਏ ਹੋਣਗੇ, ਇਹਦਾ ਮਤਲਬ ਇਹ ਨੀ ਵੀ ਹਰ ਇੱਕ ਬੰਦਾ ਹੀ ਉਹੀ ਰਸਤੇ ਤੋਂ ਆਇਆ ਹੋਊਗਾ। ਚੰਗੇ ਘਰ ਦੀ ਲੇਡੀ ਲੱਗਦੀ ਆ, ਚੰਗੀ ਫੈਮਿਲੀ ਦੇ ਵਿੱਚੋਂ ਆਈ ਲੱਗਦੀ ਆ, ਉਹਦੇ ਲੀੜੇ ਕੱਪੜਿਆਂ ਤੋਂ ਪਤਾ ਲੱਗਦਾ, ਅਪਸੈਟ ਹੋ ਗਈ, ਡਿਪਰੈਸ਼ਨ ਚਲੇ ਗਈ। ਕੋਈ ਵੀ ਸਾਡੇ ਮਾਂ ਬਾਪ ਵੀ ਚਲੇ ਜਾਂਦੇ, ਸਾਡੇ ਆਪਣੇ ਵੀ ਆਪਾਂ ਦੇਖਦੇ ਹਾਂ ਕਿੰਨੀਆਂ ਅੱਜ ਕੱਲ੍ਹ ਲੋਕਾਂ ਦੇ ਵਿੱਚ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਵਧੀਆਂ ਹੋਈਆਂ। ਪਰ ਆਪਣਾ ਫਰਜ਼ ਨਿਭਾਉਣਾ ਚਾਹੀਦਾ, ਜਿੱਦਾਂ ਇਹਨਾਂ ਵੀਰਾਂ ਨੇ ਆਪਣਾ ਫਰਜ਼ ਨਿਭਾਇਆ, ਉਦਾਂ ਹਰ ਇੱਕ ਬੰਦਾ ਆਪਣੀ ਡਿਊਟੀ ਨਿਭਾਵੇ। ਜਿੱਦਾਂ ਦੀ ਸਾਡੀ ਮਹਾਰਾਜ ਨੇ ਡਿਊਟੀ ਲਾਈ ਆ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਕੁਝ ਚੰਗਾ ਕਰ ਸਕੀਏ। ਤੇ ਵੀਰੇ ਉਹਨਾਂ ਨੇ ਵੀਡੀਓ ਭੇਜੀ ਸੀ, ਅਸੀਂ ਅੱਜ ਬਾਹਰ ਸੀ, ਹੁਣ ਸਿੱਧੇ ਹੀ ਆਏ ਹਾਂ, ਬੇਟੀ ਦੀ ਐਡਮਿਸ਼ਨ ਕਰਾਉਣ ਗਏ ਸੀਗੇ ਤੇ ਵਾਪਸ ਆਏ ਹਾਂ, ਸਿੱਧਾ ਇੱਥੇ ਹੀ ਬੱਸ ਅੱਡੇ ਤੇ ਪਹੁੰਚੇ ਹਾਂ ਤੇ ਇੱਥੋਂ ਇਸ ਬਖਸ਼ ਦੀ ਮਾਰੀ ਹੋਈ ਮਾਂ ਨੂੰ ਲੈ ਕੇ ਚੱਲੇ ਹਾਂ। ਐਂਬੂਲੈਂਸ ਅਸੀਂ ਕਾਲ ਕਰਕੇ ਇੱਥੇ ਬੁਲਾ ਲਈ ਸੀ ਆਪਣੀ, ਤੇ ਬਹੁਤ ਧੰਨਵਾਦ ਬਾਈ ਤੁਹਾਡਾ, ਸ਼ੁਕਰੀਆ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ, ਧੰਨਵਾਦ। ਸ਼ੇਅਰ ਕਰਿਓ ਵੀਡੀਓ, ਇਸ ਮਾਂ ਦਾ ਘਰ ਲੱਭ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ, ਬੈਠ ਗਏ ਅੰਦਰ ਗੱਡੀ। ਤੁਹਾਡਾ ਵੀ ਧੰਨਵਾਦ ਭੈਣੇ, ਜਿਹੜਾ ਤੁਸੀਂ ਇੰਨਾ ਨਾ ਯਤਨ ਕੀਤਾ। ਅੱਛਾ, ਤੁਹਾਡੇ ਉੱਥੇ ਗਵਾਂਢ ਕੀ ਸੀ? ਇੱਧਰ ਨੂੰ ਹੋ ਕੇ ਲਿਖ ਲਾ, ਸਤਨਾ ਵੀਡੀਓ ਬਣਾ ਲੈਂਦੇ, ਇੱਧਰ ਨੂੰ ਲਿਖ ਲਾ ਕੇ ਉਹਨੂੰ ਫੜਾ। ਹੋਰ ਦੀ ਹੋਇਆ, ਹਾਂ ਚਿਹਰਾ ਦਿਖਾ ਕੇ ਇੱਕ ਵਾਰੀ ਕਲੋਜ਼ ਕਰ ਦੇ, ਇੱਧਰ ਵੀ ਆ ਗਿਆ ਪੁੱਤ, ਖੋਲਤੀ ਵਿੰਡੋ। ਠੀਕ ਹੈ ਜੀ, ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ, ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ। ਲੁਧਿਆਣੇ ਬੱਸ ਅੱਡੇ ਤੇ ਖੜੇ ਆ, ਲੁਧਿਆਣੇ ਮੇਨ ਬੱਸ ਅੱਡੇ ਤੋਂ ਇਸ ਮਾਂ ਨੂੰ ਲੈ ਕੇ ਚੱਲੇ ਆ, ਜਿਹੜੀ ਆਪਣਾ ਨਾਮ ਰੰਜੂ ਦੱਸਿਆ ਉਹਨੇ, ਇੰਨਾ ਬਾਕੀ ਹੋਰ ਕੁਛ ਨੀ ਦੱਸ ਪਾਇਆ। ਨਾਲ ਮੇਰੀ ਵਾਈਫ ਆ, ਮੇਰੀ ਬੇਟੀ ਆ, ਅਸੀਂ ਇਸ ਭੈਣ ਨੂੰ, ਇਸ ਮਾਂ ਨੂੰ ਆਪਣੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।